ਸਤਿ ਸ੍ਰੀ ਅਕਾਲ ਦੋਸਤੋ ਬਸ 5 ਮਿੰਟ ਤੁਹਾਡਾ ਫੇਰ ਤੋਂ ਬਹੁਤ ਬਹੁਤ ਸਵਾਗਤ ਹੈ ਗੱਲ ਤਾਂ ਜਰਮਨੀ ਦੀ ਹੋ ਰਹੀ ਹੈ ਔਰ ਜਦੋਂ ਅਸੀਂ ਮੈਂ ਤੇ ਜਸਪਾਲ ਘੁੰਮਣ ਜਾਂਦੇ ਸਾਂ ਸਾਨੂੰ ਯੂਲੀਆ ਟਿਕਟਾਂ ਲੈ ਦਿੰਦੀ ਸੀ ਜਿਵੇਂ ਕੋਈ ਮਿਊਜ਼ੀਅਮ ਦੇ ਟਿਕਟਾਂ ਵੀ ਦੇ ਦਿੰਦੀ ਸੀ ਹੋਰ ਸਾਰੇ ਚੀਜ਼ਾਂ ਦੇ ਟਿਕਟਾਂ ਵੀ ਲੈ ਦਿੰਦੀ ਸੀ ਤੇ ਅਸੀਂ ਸਿਰਫ ਘੁੰਮਦੇ ਸਾਂ ਇੰਜੋਏ ਕਰਦੇ ਸਾਂ ਦੇਖਦੇ ਸਾਂ ਇੱਕ ਦਿਨ ਅਸੀਂ ਘੁੰਮਦੇ ਘੁੰਮਦੇ ਉੱਥੇ ਕੋਲਨ ਦੇ ਸਾਹਮਣੇ ਜਿਹੜਾ ਗੁਰਦੁਆਰਾ ਸਟੇਸ਼ਨ ਦੇ ਸਾਹਮਣੇ ਉੱਥੇ ਚਲੇ ਗਏ ਉੱਥੇ ਸਾਨੂੰ ਲੱਗਿਆ ਕਿ ਚਲੋ ਇੱਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਤਾਂ ਹੋਏ ਅਸੀਂ ਜਾ ਕੇ ਅੰਦਰ ਮੱਥਾ ਮੁਥਾ ਟੇਕਿਆ ਤੇ ਸਾਨੂੰ ਇੱਕ ਗ੍ਰੰਥੀ ਸਾਹਿਬ ਮਿਲੇ ਸਿੰਘ ਸਾਹਿਬ ਤੇ ਸਾਨੂੰ ਸਾਡਾ ਉਹਨਾਂ ਨੇ ਬੜਾ ਸਵਾਗਤ ਕੀਤਾ ਤੇ ਉਹਨਾਂ ਨੇ ਇੱਕਦਮ ਜਸਪਾਲ ਪੱਟੀ ਉਹਨਾਂ ਨੂੰ ਪਛਾਣ ਲਿਆ ਕਿ ਦੇਖੋ ਜੀ ਮੈਂ ਤਾਂ ਤੁਹਾਡਾ ਰੰਗ ਚ ਪੰਗ ਤੇ ਹੋਰ ਸਾਰੇ ਪ੍ਰੋਗਰਾਮ ਦੇਖਦਾ ਹਾਂ ਬਹੁਤ ਮਜ਼ਾ ਆਉਂਦਾ ਹੈ ਜੀ ਔਰ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਔਰ ਕਿਹਾ ਕਿ ਜੀ ਮੈਂ ਤੁਸੀਂ ਦਮਨਟ ਬੈਠੋ ਮੈਂ ਥੋੜੀ ਜਿਹੀ ਪਗੜੀ ਪਗੜੀ ਚੰਗੀ ਤਰ੍ਹਾਂ ਦਸਤਾਰ ਸਜਾ ਲਵਾਂ ਮੈਂ ਤੁਹਾਡੇ ਨਾਲ ਤਸਵੀਰ ਖਿਚਾਉਣੀ ਹੈ ਸੋ ਉਹਨਾਂ ਨੇ ਜਸਪਾਲ ਹੋਰਾਂ ਨਾਲ ਫੋਟੋਆਂ ਵੀ ਖਿਚਾਈਆਂ ਔਰ ਫਿਰ ਕੁਛ ਦਰ ਬਾਅਦ ਸਾਨੂੰ ਚਾਹ ਦਾ ਲੰਗਰ ਸ਼ਿਕਾ ਕੇ ਉਹਨਾਂ ਨੇ ਆਪਣੀ ਦਾਸਤਾਨ ਸਾਨੂੰ ਸੁਣਾਣੀ ਸ਼ੁਰੂ ਕੀਤੀ ਤੇ ਜਸਪਾਲ ਹੋਰਾਂ ਨੂੰ ਖਾਸ ਕਰਕੇ ਉਹਨੇ ਕਿਹਾ ਕਿ ਜੀ ਤੁਸੀਂ ਮੇਰੀ ਮਦਦ ਕਰੋ ਮੈਨੂੰ ਇੱਥੋਂ ਕੱਢੋ ਮੈਂ ਫਸ ਗਿਆ ਹਾਂ ਬਹੁਤ ਬੁਰੀ ਤਰ੍ਹਾਂ ਫਸ ਗਿਆ ਹਾਂ ਤਾਂ ਜਸਪਾਲ ਹੋਰਾਂ ਨੇ ਪੁੱਛਿਆ ਵੀ ਤੂੰ ਤੁਸੀਂ ਕਿਵੇਂ ਫਸ ਗਏ ਹੋ ਉਹ ਕਹਿੰਦੇ ਜੀ ਮੈਂ ਵੀ ਉਦਾਂ ਹੀ ਆਇਆ ਸੀ ਪੋਲਿਟਿਕਲ ਸਾਇਰਮ ਲੈ ਕੇ ਤੇ ਮੇਰੀ ਐਪਲੀਕੇਸ਼ਨ ਲੱਗੀ ਰਹੀ ਤੇ ਮੈਂ ਇੱਥੇ ਇੱਕ ਰੈਸਟੋਰੈਂਟਸ ਮੈਂ ਕੰਮ ਕਰਦਾ ਸੀ ਮੈਨੂੰ ਜਦ ਤੱਕ ਉਹਨਾਂ ਨੇ ਟੈਂਪਰੇਰੀ ਵਰਕ ਪਰਮਿਟ ਦੇ ਦਿੱਤਾ ਤੇ ਮੇਰੀ ਹਲੇ ਐਪਲੀਕੇਸ਼ਨ ਪਰਮਾਨੈਂਟ ਦੀ ਨਹੀਂ ਹੋਈ ਤੇ ਮੈਂ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਤੇ ਮੈਨੂੰ ਇੱਕ ਨੇ ਵੀ ਵਿਚਾਰ ਦਿੱਤਾ ਕਿ ਤੁਸੀਂ ਕਿਸੇ ਜਰਮਨ ਲੇਡੀ ਨਾਲ ਸ਼ਾਦੀ ਕਰ ਲਵੋ ਤੇ ਕਹਿੰਦੇ ਮੈਂ ਸੋਚਿਆ ਕਿ ਸ਼ਾਇਦ ਇਹ ਵਧੀਆ ਤਰੀਕਾ ਹੈ ਕੁਇਕ ਐਂਡ ਫਾਸਟ ਵੇਅਰ ਸੋ ਮੈਂ ਐਗਰੀ ਕਰ ਗਿਆ ਤੇ ਉਹਨਾਂ ਨੇ ਮੈਨੂੰ ਇੱਕ ਜਰਮਨ ਲੇਡੀ ਮਿਲਾਈ ਤੇ ਉਹਨਾਂ ਨੇ ਕਿਹਾ ਕਿ ਇੰਨੇ ਇੱਕ ਪੈਸੇ ਲੱਗਣਗੇ ਵਿਆਹ ਕਰਾਉਣ ਵਿੱਚ ਇਹ ਜੇ ਲੇਡੀ ਜਿਹੜੀ ਆ ਇਹ ਆਲਰੇਡੀ ਮੈਰਿਡ ਹੈ ਇਹ ਆਪਣੇ ਹਸਬੈਂਡ ਨੂੰ ਡਿਵੋਰਸ ਦੇ ਦੇਵੇਗੀ ਤੇ ਤੁਹਾਡੇ ਨਾਲ ਵਿਆਹ ਕਰ ਲਵੇਗੀ ਤੇ ਤੁਹਾਡੇ ਉਹਦੇ ਨਾਲ ਤੁਹਾਡਾ ਜਿਹੜਾ ਪ੍ਰੋਸੈਸ ਆ ਵਰਕ ਪਰਮਿਟ ਦਾ ਔਰ ਜਰਮਨ ਦਾ ਰਹਿਣ ਦਾ ਪਰਮਿਟ ਉਹ ਤੁਹਾਨੂੰ ਮਿਲ ਜਾਵੇਗਾ ਸੋ ਉਹ ਕਹਿੰਦੇ ਮੈਨੂੰ ਕੋਈ ਐਚ ਬੁਰਾ ਨਹੀਂ ਲੱਗਿਆ ਕਿ ਇੰਨੇ ਕੁ ਪੈਸੇ ਤਾਂ ਵੈਸੇ ਹੀ ਮੈਂ ਬਹੁਤ ਖਰਚ ਰਿਆ ਤੇ ਇੰਨੇ ਪੈਸੇ ਲੱਗ ਵੀ ਗਏ ਤਾਂ ਕਹਿੰਦੇ ਮੈਂ ਐਗਰੀ ਕਰ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਹਾਂ ਮੈਂ ਇੰਨੇ ਪੈਸੇ ਦੇ ਦਵਾਂਗਾ ਔਰ ਤੁਸੀਂ ਮੇਰਾ ਵਿਆਹ ਕਰਾ ਦਿਓ ਸੋ ਉਸ ਲੇਡੀ ਨੇ ਆਪਣੇ ਹਸਬੰਡ ਤੋਂ ਡਿਵੋਰਸ ਲਿਆ ਔਰ ਇਸ ਭਾਈ ਸਾਹਿਬ ਨਾਲ ਸ਼ਾਦੀ ਕਰਵਾ ਲਈ ਉਹ ਸ਼ਾਦੀ ਕਰਵਾ ਲਈ ਤੇ ਅੰਡਰਸਟੈਂਡਿੰਗ ਐਸ ਵੀ ਕੇ ਜੱਤ ਉਹਨਾਂ ਦਾ ਪਰਮਿਟ ਮਿਲ ਜਾਏਗਾ ਤੇ ਉਹ ਉਹਨਾਂ ਨੂੰ ਡਿਵੋਰਸ ਦੇ ਦੇਵੇਗੀ ਤੇ ਉਹ ਆਪਣੇ ਰਾਹ ਤੇ ਆਪਣੇ ਰਾਹ ਤੇ ਬਾਕੀ ਜਿੰਨੀ ਦੇਰ ਇਹਨਾਂ ਨਾਲ ਰਹੇਗੀ ਉਹ ਉਸ ਦਾ ਖਰਚਾ ਪਾਣੀ ਦੇ ਹੀ ਜਾਣਗੇ ਪਰ ਡਿਵੋਰਸ ਤੋਂ ਬਾਅਦ ਉਹ ਖਰਚਾ ਪਾਣੀ ਦੇਣਾ ਬੰਦ ਕਰ ਦੇਣਗੇ ਸੋ ਗੱਲ ਤਾਂ ਠੀਕ ਠਾਕ ਜੀ ਲੱਗਦੀ ਸੀ ਐਗਰੀਮੈਂਟ ਦਾ ਠੀਕ ਠਾਕ ਜਿਹਾ ਹੀ ਲੱਗਦਾ ਸੀ ਲੇਕਿਨ ਜਦੋਂ ਉਹਨਾਂ ਨੂੰ ਵਰਕ ਪਰਮਿਟ ਮਿਲ ਗਿਆ ਰੈਜ਼ਿਡੈਂਸੀ ਦਾ ਪਰਮਿਟ ਮਿਲ ਗਿਆ ਉਹਨਾਂ ਨੇ ਇਨ ਦਾ ਮੀਨ ਵਾਈਲ ਗੁਰਦੁਆਰਾ ਵਿੱਚ ਗਰੰਤੀ ਵਜੋਂ ਸੇਵਾ ਸ਼ੁਰੂ ਕਰ ਦਿੱਤੀ ਸੀ ਬਿਕਾਜ਼ ਜਿਹੜਾ ਰੈਸਟੋਰੈਂਟ ਦਾ ਕੰਮ ਕਰਦੇ ਸੀ ਵੇਟਰੀ ਦਾ ਕੰਮ ਕਰਦੇ ਸੀ ਉਹਦੇ 'ਚ ਸ਼ਾਇਦ ਗੁਜ਼ਾਰਾ ਨਹੀਂ ਹੁੰਦਾ ਸੀ ਕਿਉਂਕਿ ਵੋਟੀ ਸਾਰੇ ਪੈਸੇ ਜਰਮ ਜਿਹੜੀ ਵਾਈਫ ਸੀ ਉਹ ਕਾਫੀ ਸਾਰੇ ਪੈਸੇ ਲੈ ਜਾਂਦੀ ਸੀ ਇਹਨਾਂ ਤੋਂ ਕਿ ਮੇਰਾ ਖਰਚਾ ਹੈ ਮੇਰਾ ਖਰਚਾ ਰਹਿੰਦੀ ਤਾਂ ਆਪਣੇ ਹਸਬੰਡ ਕੋਲ ਹੀ ਸੀ ਕਿਉਂਕਿ ਉਹਨਾਂ ਦੀ ਜਿਹੜੀ ਡਿਵੋਰਸ ਹੋਇਆ ਸੀ ਉਹ ਸਿਰਫ ਇੱਕ ਕਾਗਜ਼ਾਂ ਵਿੱਚ ਡਿਵੋਰਸ ਹੋਇਆ ਸੀ ਉਹ ਉਸ ਟੀਵੀ ਨੇ ਆਪਣੇ ਹਸਬੰਡ ਨੂੰ ਕਦੇ ਨਹੀਂ ਛੱਡਿਆ ਸੀ ਉਹ ਨਾ ਹੀ ਇਹਨਾਂ ਕੋਲ ਜਿਹੜੇ ਸਾਡੇ ਪੰਜਾਬ ਤੋਂ ਗਏ ਸਨ ਇਹਨਾਂ ਨਾਲ ਕਦੇ ਹੋ ਰਹੀ ਸੀ ਪਰ ਹ ਮਹੀਨੇ ਦੇ ਮਹੀਨੇ ਆਪਣਾ ਖਰਚਾ ਪਾਣੀ ਲੈ ਜਾਂਦੀ ਸੀ ਸੋ ਜਸਪਾਲ ਨੂੰ ਉਹਨਾਂ ਨੂੰ ਕਿਹਾ ਕਿ ਦੇਖੋ ਜੀ ਮੈਂ ਤਾਂ ਗਰੀ ਮਾਰ ਹੋ ਰਹੀ ਐ ਨਾ ਤੇ ਮੈਨੂੰ ਇੰਡੀਆ ਜਾਣ ਦਿੰਦੀ ਐ ਤੇ ਨਾ ਹੁਣ ਮੇਰੇ ਤੋਂ ਮੇਰੇ ਕੋ ਪੈਸੇ ਲੈਣ ਦਿੰਦੀ ਐ ਪੈਸੇ ਵੀ ਲੈ ਜਾਂਦੀ ਐ ਰਹਿੰਦੀ ਵੀ ਨਹੀਂ ਮੇਰੇ ਕੋਲ ਔਰ ਮੈਨੂੰ ਛੱਡਦੀ ਵੀ ਨਹੀਂ ਔਰ ਕਹਿ ਦਿੰਦੀ ਐ ਕਿ ਜੇ ਤੂੰ ਮੈਨੂੰ ਛੱਡ ਕੇ ਭੱਜਿਆ ਤਾਂ ਮੈਂ ਤੇਰੀ ਸ਼ਿਕਾਇਤ ਕਰ ਦੇਣੀ ਐ ਔਰ ਤੇਰੀ ਜਿਹੜੀ ਇੱਥੇ ਵਰਕ ਪਰਮਿਟ ਮਿਲਿਆ ਤੈਨੂੰ ਜੋ ਕੁਝ ਮਿਲਿਆ ਸਾਰਾ ਕੈਨਸਲ ਹੋ ਜਾਵੇਗਾ ਤੇ ਕਹਿੰਦੇ ਜੀ ਹੁਣ ਦੱਸੋ ਮੈਂ ਇੱਥੇ ਕੀ ਕਰਾਂ ਤੇ ਉਹ ਨਾ ਤੇ ਮੇਰੇ ਕੋ ਰਹਿੰਦੀ ਐ ਪੈਸੇ ਮੇਰੇ ਤੋਂ ਲੈ ਜਾਂਦੀ ਐ ਔਰ ਮੇਰੇ ਤੇ ਇੰਨੀ ਨਜ਼ਰ ਰੱਖਦੀ ਐ ਕਿ ਮੈਂ ਕੀ ਕਰਦਾ ਕਿੱਥੇ ਜਾਣਾ ਕੀ ਨਹੀਂ ਕਰਦਾ ਉਸ ਤੇ ਵੀ ਪੂਰਾ ਨਜ਼ਰ ਰੱਖਦੀ ਐ ਤੇ ਮੇਰੀ ਤਾਂ ਫਰੀडम ਬਿਲਕੁਲ ਖਤਮ ਹੋ ਗਈ ਐ ਮੈਂ ਤਾਂ ਹੁਣ ਬਿਲਕੁਲ ਫਸ ਗਿਆ ਮੈਨੂੰ ਤੁਸੀਂ ਖੱਡੋ ਅਸੀਂ ਉਹਦੇ ਨਾਲ ਬੜੀ ਸਿੰਪਥੀ ਜ਼ਾਹਿਰ ਕੀਤੀ ਅਸੀਂ ਕਿ ਆ ਦੇਖ ਭਾਈ ਤੁਸੀਂ ਹੁਣ ਜਿਹੜਾ ਫੈਸਲਾ ਲਿਆ ਇਹ ਤਾਂ ਤੁਸੀਂ ਆਪਣਾ ਫੈਸਲਾ ਆਪ ਲਿਆ ਪਰ ਅਸੀਂ ਤੁਹਾਡੀ ਅੱਜ ਕੀ ਮਦਦ ਕਰ ਸਕਦੇ ਹਾਂ ਬਿਕਾਜ਼ ਹੁਣ ਤੁਸੀਂ ਆਪਣੇ ਆਪ ਨੂੰ ਕਮਿਟ ਕਰ ਲਿਆ ਹੈ ਕਿ ਤੁਸੀਂ ਐਗਰੀਮੈਂਟ ਕੀਤਾ ਤੁਸੀਂ ਸ਼ਾਦੀ ਕੀਤੀ ਹੈ ਹੁਣ ਸ਼ਾਦੀ ਤੇ ਕੰਡੀਸ਼ਨਲ ਨਹੀਂ ਨਾ ਹੁੰਦੀ ਕਿ ਮੈਂ 2 ਸਾਲ ਹੀ ਸ਼ਾਦੀ ਕਰਿਆ ਜਾਂ ਮੈਂ 3 ਸਾਲ ਹੀ ਸ਼ਾਦੀ ਕਰਿਆ ਜਾਂ 6 ਸਾਲ ਹੀ ਕਰਿਆ ਹੁਣ ਤਾਂ ਤੁਹਾਨੂੰ ਜਿਹੜੇ ਬੰਦੇ ਨੇ ਤੁਹਾਨੂੰ ਵਿਚ ਪਾ ਕੇ ਤੁਹਾਡੀ ਸ਼ਾਦੀ ਕਰਾਈ ਸੀ ਤੁਸੀਂ ਉਹਦੀ ਇੰਟਰਵੈਂਸ਼ਨ ਸੀਕ ਕਰੋ ਤੇ ਉਹਦੀ ਹੈਲਪ ਨਾਲ ਜੇ ਹੋ ਸਕਦਾ ਤੁਹਾਡਾ ਕੰਮ ਹੋ ਜਾਵੇ ਸੋ ਇਹ ਇੱਕ ਅਜਿਹਾ ਕੇਸ ਨਹੀਂ ਸੀ ਸਾਨੂੰ ਇਸ ਤਰ੍ਹਾਂ ਦੇ ਉਸ ਤੌਰ ਤੇ ਬਹੁਤ ਸਾਰੇ ਹੋਰ ਕੇਸ ਮਿਲੇ ਉਹ ਕਿਸ ਤਰ੍ਹਾਂ ਦੇ ਕੇਸ ਸਨ ਜਰਮਨੀ ਵਿੱਚ ਵੀ ਮਿਲੇ ਸਾਨੂੰ ਹਾਲੈਂਡ ਵਿੱਚ ਵੀ ਮਿਲੇ ਬੈਲਜੀਅਮ ਵਿੱਚ ਵੀ ਮਿਲੇ ਉਹ ਫਿਰ ਤੁਹਾਡੇ ਨਾਲ ਆਂਦੇ ਅੰਕਾਂ ਵਿੱਚ ਮੈਂ ਸਾਂਝੇ ਕਰਾਂਗਾ ਸੋ ਜਸਪਾਲ ਹੋਰਾਂ ਨੇ ਉਹਨੂੰ ਪ੍ਰੋਮਿਸ ਲੈ ਕੀਤਾ ਕਿ ਮੈਂ ਤੇਰਾ ਕੇਸ ਟੇਕ ਅਪ ਕਰਾਂਗਾ ਔਰ ਉਹਨਾਂ ਨੇ ਟੇਕ ਅਪ ਵੀ ਕੀਤਾ ਲੇਕਿਨ ਉਹਦੀ ਸਹੀਤ ਜ਼ਿਆਦਾ ਮਦਦ ਨਹੀਂ ਸੀ ਹੋ ਸકી ਸੋ ਬਾਕੀ ਕੇਸਾਂ ਵਿੱਚ ਕਿਸ ਤਰ੍ਹਾਂ ਦਾ ਰਿਹਾ ਸਾਡਾ ਐਕਸਪੀਰੀਅੰਸ ਉਹ ਤੁਹਾਡੇ ਨਾਲ ਅਗਲੇ ਐਪੀਸੋਡ ਵਿੱਚ ਸ਼ੇਅਰ ਕਰਾਂਗੇ ਜਦ ਤੱਕ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ